ਆਪਾਂ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ, ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਪਰ ਉਹ ਸਮਾਂ ਸੀ, ਚੰਦੂ ਦੀਵਾਨ ਦੀ ਇੱਕ ਲੜਕੀ ਸੀ, ਉਹ ਆਪਣੀ ਲੜਕੀ ਦਾ ਰਿਸ਼ਤਾ ਕਿਸੇ ਚੰਗੇ ਘਰਾਣੇ 'ਚ, ਕਿਉਂਕਿ ਦੀਵਾਨ ਸੀ। ਅੱਜ ਆਪਾਂ ਵੇਖਦੇ ਹਾਂ ਕਿਸੇ ਮਿਨਿਸਟਰ ਦਾ ਰੀਡਰ ਹੋਵੇ, ਕਿਸੇ ਅਫਸਰ ਦਾ ਰੀਡਰ ਹੋਵੇ, ਕਿਸੇ ਮਿਨਿਸਟਰ ਦਾ PA ਹੋਵੇ, ਆਪਾਂ ਵੇਖਦੇ ਹਾਂ ਉਹਦੇ ਕੋਲ ਵੀ ਪਾਵਰ ਹੁੰਦੀ ਹੈ। ਇੱਕ ਹਿੰਦੁਸਤਾਨ ਦੇ ਬਾਦਸ਼ਾਹ ਦਾ ਅਤੇ ਦੀਵਾਨ ਸੀ ਚੰਦੂ। ਉਸ ਸਮੇਂ ਲਾਗੀ ਲੋਕ ਕਰਦੇ ਸੀ ਰਿਸ਼ਤੇ, ਲਾਹੌਰ ਆਏ, ਉੱਥੇ ਸੋਹ ਮਿਲੀ, ਪਤਾ ਲੱਗਿਆ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੋਤ ਜਗਾਉਂਦੇ ਨੇ, ਉਹਨਾਂ ਦੇ ਇੱਕ ਫਰਜੰਦ ਨੇ ਜਿਹਨਾਂ ਦਾ ਨਾਂ ਹਰਗੋਬਿੰਦ ਸਾਹਿਬ ਹੈ, ਬਹੁਤ ਅਤੇ ਸੁੰਦਰ ਚਿਹਰਾ ਹੈ ਉਹਨਾਂ ਦਾ, ਬਾਬਾ ਬੁੱਢਾ ਜੀ ਦੇ ਅਤੇ ਪ੍ਰੇਮ ਸਦਕਾ ਉਹਨਾਂ ਦੇ ਬਚਨਾਂ ਅਨੁਸਾਰ ਅਵਤਾਰ ਹੋਏ ਹੈ। ਉਹ ਜਦੋਂ ਸਤਿਗੁਰਾਂ ਦੇ ਦਰਬਾਰ 'ਚ ਆਏ, ਸਤਿਗੁਰਾਂ ਦੇ ਚਰਨਾਂ 'ਤੇ ਨਮਸਕਾਰ ਕੀਤੀ, ਤਾਂ ਸੰਗਤਾਂ ਨੂੰ ਪੁੱਛਦੇ ਨੇ ਅਤੇ ਆਹ ਜੋ ਫਰਜੰਦ ਜੋ ਸਾਹਿਬਜ਼ਾਦਾ ਹੈ, ਬਈ ਇਹ ਕਿਹਨਾਂ ਦਾ ਹੈ? ਸੰਗਤਾਂ ਬਹੁਤ ਚਾਅ ਦੇ ਨਾਲ, ਬਹੁਤ ਪ੍ਰੇਮ ਦੇ ਨਾਲ ਸੰਗਤਾਂ ਕਹਿੰਦੀਆਂ ਨੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਾਹਿਬਜ਼ਾਦੇ ਨੇ ਹਰਗੋਬਿੰਦ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ ਦੇ ਪ੍ਰਵਚਨਾਂ ਨਾਲ ਇਹਨਾਂ ਦਾ ਅਵਤਾਰ ਹੋਏ ਹੈ। ਉਹਨਾਂ ਲਾਗੀ ਲੋਕਾਂ ਨੇ, ਬ੍ਰਾਹਮਣ ਲੋਕਾਂ ਨੇ ਗਲ 'ਚ ਪੱਲਾ ਪਾ ਕੇ ਅਰਦਾਸ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ 'ਚ, ਮਹਾਰਾਜ ਜੀ ਜੋ ਬਾਦਸ਼ਾਹ ਜਹਾਂਗੀਰ ਦਾ ਦੀਵਾਨ ਚੰਦੂ, ਉਹਦੀ ਲੜਕੀ ਦਾ ਰਿਸ਼ਤਾ ਮਹਾਰਾਜ ਅਸੀਂ ਆਪਦੇ ਸਾਹਿਬਜ਼ਾਦੇ ਨੂੰ ਕਰਨਾ ਚਾਹੁੰਦੇ ਹਾਂ, ਗੱਜ ਕੇ ਬੋਲੋ ਸਤਨਾਮ। ਇਹ ਕਾਰਨ ਨੂੰ ਉਭਾਰਿਆ ਗਿਆ, ਇਹ ਸੰਸਾਰਿਕ ਰਿਸ਼ਤੇ ਦੀ ਗੱਲ ਸੀ। ਮਹਾਰਾਜ ਜੀ ਕਹਿੰਦੇ ਕੋਈ ਗੱਲ ਨਹੀਂ, ਆ ਜੋ ਸਾਡੀਆਂ ਸੰਗਤਾਂ ਬੈਠੀਆਂ ਨੇ ਭਾਈ, ਇਹਨਾਂ ਦੀ ਖੁਸ਼ੀ ਹੈ। ਜੇ ਸੰਗਤਾਂ ਨੂੰ ਪਰਵਾਹ ਨੇ, ਸਾਨੂੰ ਵੀ ਪਰਵਾਹ ਨੇ। ਸੰਗਤਾਂ ਨੇ ਵਚਨ ਕਰ ਦਿੱਤਾ ਮਹਾਰਾਜ ਅਤਿਅੰਤ ਖੁਸ਼ੀ ਹੋਏਗੀ, ਤੁਹਾਡੇ ਬੇਟੇ ਦਾ ਸ਼ਗਨ ਹੋਏਗਾ, ਸ਼ਾਦੀ ਹੋਏਗੀ, ਬਰਾਤ ਜਾਏਗੀ। ਮਹਾਰਾਜ ਜੀ ਕਹਿੰਦੇ ਜੇ ਸੰਗਤ ਨੂੰ ਪਰਵਾਹ ਨਾ, ਭਾਈ ਸਾਨੂੰ ਵੀ ਮਨਜ਼ੂਰ ਹੈ। ਜਦੋਂ ਰਿਸ਼ਤਾ ਕਰਕੇ ਵਾਪਸ ਗਏ, ਚੰਦੂ ਦੀਵਾਨ ਕਹਿੰਦਾ ਮੇਰੀ ਲੜਕੀ ਦੇ ਰਿਸ਼ਤੇ ਬਾਰੇ ਕੋਈ ਵਰ ਢੂੰਡਿਆ? ਕਹਿੰਦੇ ਸਾਰੇ ਇਹ ਜਾਣੋ ਵੀ ਹਿੰਦੁਸਤਾਨ 'ਚ ਤੱਕੇ ਹੈ, ਕੋਈ ਘਰ ਨਹੀਂ ਲੱਭਿਆ, ਪਰ ਇੱਕੋ ਘਰ ਲੱਭਿਆ। ਜਦੋਂ ਗੁਰੂ ਨਾਨਕ ਦੇ ਦਰ ਦੀ ਵਡਿਆਈ, ਵੱਡੀ ਵਡਿਆਈ ਜਾਂ ਵੱਡਾ ਨਾਂ, ਵਡਿਆਈਆਂ ਕੀਤੀਆਂ, ਕਹਿਣਗੇ ਤੁਸੀਂ ਵਡਿਆਈ ਕਰੀ ਜਾ ਰਹੇ ਹੋ, ਦੱਸੋ ਤਾਂ ਸਹੀ। ਕਹਿਣ ਲੱਗੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪੰਜਵੇਂ ਸਰੂਪ ਗੁਰਤਾ ਗੁਰਗੱਦੀ 'ਤੇ ਬਿਰਾਜਮਾਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੋਤ ਜਗਾਉਂਦੇ ਨੇ, ਉਹਨਾਂ ਦੇ ਸਾਹਿਬਜ਼ਾਦੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਤੁਹਾਡੀ ਬੇਟੀ ਦਾ ਰਿਸ਼ਤਾ ਸੀ ਪੱਕਾ ਕਰ ਆਏ, ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਚੰਦੂ ਦੀਵਾਨ ਦੇ ਮਨ ਦੇ ਵਿੱਚ ਹਉਮੈ ਹੰਕਾਰ ਨੇ, ਰਾਜਮਾਨ ਨੇ ਠਾਠਾਂ ਮਾਰੀਆਂ, ਉੱਠ ਕੇ ਖੜਾ ਹੋ ਗਿਆ। ਕਹਿਣ ਲੱਗਿਆ ਤੁਹਾਨੂੰ ਪਤਾ ਮੈਂ ਇੱਕ ਬਾਦਸ਼ਾਹ ਦਾ ਦੀਵਾਨ ਹੈ, ਮੇਰੀ ਲੜਕੀ ਦਾ ਰਿਸ਼ਤਾ ਤੁਸੀਂ ਇੱਕ ਫਕੀਰ ਦੇ ਪੁੱਤਰ ਤੋਂ ਕਰਾਏ। ਇੱਕ ਹੋਰ ਉਹਨੇ ਹੋਮੈ ਦੇ ਵਿੱਚ ਆ ਕੇ ਕਹਿਣ ਲੱਗਿਆ ਮੇਰੀ ਲੜਕੀ ਚੁਬਾਰੇ ਦੀ ਇੱਟ ਸੀ, ਤੁਸੀਂ ਮੋਰੀ ਨੂੰ ਲਾਤੀ, ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਗੁਰ ਕੀ ਨਿੰਦਾ ਸੁਣੇ ਨਾ ਕਾਨ। ਸੰਗਤਾਂ ਜਦੋਂ ਸੰਗਤਾਂ ਨੇ ਸੁਣਿਆ ਤੇ ਸੰਗਤਾਂ ਦੇ ਹਿਰਦੇ ਘਾਇਲ ਹੋ ਗਏ,
ਕਈ ਵਿਦਵਾਨਾਂ ਨੇ ਲਿਖਿਆ ਚੰਦੂ ਦੀਵਾਨ ਕਹਿੰਦਾ ਜਾਓ ਹੁਣ ਰਿਸ਼ਤਾ ਇਸਤੇ ਪੱਕਾ ਕਰ ਆਏ ਤਾਂ ਤੁਸੀਂ ਹੁਣ ਸ਼ਗਨ ਕਰ ਆਓ। ਕੋਈ ਗੱਲ ਨਹੀਂ, ਬਾਦਸ਼ਾਹ ਨੂੰ ਸਿਫਾਰਿਸ਼ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਨੂੰ ਕਿਸੇ ਸੂਬੇ ਦਾ ਸੂਬੇਦਾਰ ਸਿਫਾਰਿਸ਼ ਕਰਕੇ ਲਵਾ ਦੇਵਾਂਗੇ। ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਪਰ ਗੁਰਮੁਖੋ, ਸੰਗਤਾਂ ਨੇ ਜਦੋਂ ਸੁਣਿਆ, ਪਰ ਭਾਵੇਂ ਬਾਣੀ ਦਾ ਹੁਕਮ ਹੈ ਉਸਤਤ ਨਿੰਦਾ ਦੋ ਤਿਆਗੇ ਖੋਜੇ ਪਦ ਨਿਰਵਾਣਾ, ਪਰ ਗੁਰੂ ਪਿਆਰੇ ਗੁਰੂ ਘਰ ਦੀ ਨਿੰਦਾ, ਗੁਰੂ ਦੀ ਨਿੰਦਾ, ਆਪਣੇ ਪਿਆਰੇ ਦੀ ਨਿੰਦਾ ਗੁਰੂ ਕੀਆਂ ਸੰਗਤਾਂ ਬਰਦਾਸ਼ਤ ਨਹੀਂ ਕਰ ਸਕਦੀਆਂ, ਸਹਿਣ ਨਹੀਂ ਕਰ ਸਕਦੀਆਂ। ਇੱਕ ਪੱਤਰਕਾਰ ਲਿਖੀ ਚਿੱਠੀ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਚਿੱਠੀ ਭੇਜੀ ਗੀਨਵਾਜ, ਇਹ ਗੁਰੂ ਘਰ ਦਾ ਦੁਖੀ ਚੰਦੂ ਦੀਵਾਨ, ਇਹ ਗੁਰੂ ਘਰ ਦਾ ਨਿੰਦਕ ਹੈ, ਇਹ ਆਪਣੇ ਆਪ ਨੂੰ ਚਵਾਰਾ ਕਹਾਉਂਦਾ, ਗੁਰੂ ਘਰ ਇਹਨੂੰ ਮੋਰੀ ਨਜ਼ਰ ਆਉਂਦੀ ਹੈ, ਇਸ ਹੰਕਾਰੀ ਦੀ ਲੜਕੀ ਦਾ ਰਿਸ਼ਤਾ ਸਾਨੂੰ ਸੰਗਤਾਂ ਨੂੰ ਪਰਵਾਹ ਨਹੀਂ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਦੇਖੋ ਗੁਰੂ ਸਾਹਿਬ ਨੇ ਆਪਣੇ ਗੁਰਸਿੱਖਾਂ ਨੂੰ, ਸੰਗਤਾਂ ਨੂੰ ਕਿੱਡੀ ਵੱਡੀ ਪਿਆਰ ਅਤੇ ਕਿੱਡਾ ਰੁਤਬਾ ਬਖਸ਼ਿਸ਼ ਕੀਤਾ ਹੈ। ਆਮ ਵੀ ਆਪਾਂ ਕਈ ਵਾਰ ਵਿਦਵਾਨਾਂ 'ਚ ਕਹਿੰਦੇ ਹਾਂ ਅਤੇ ਸੰਗਤ ਦਾ ਰੁਤਬਾ 21ਵੇਂ ਅਤੇ ਗੁਰੂ ਦਾ 20ਵੇਂ, ਕਿੱਡੀ ਮਹਾਨ ਵਡਿਆਈ ਕੀਤੀ। ਅਤੇ ਦੂਜੇ ਪਾਸੇ ਸ਼ਗਨ ਦੀ ਤਿਆਰੀ ਸੀ, ਅਜੇ ਮਹਾਰਾਜ ਨੇ ਚੌਂਕੀ 'ਤੇ ਬੈਠਣਾ ਸੀ ਸ਼ਗਨ ਬਾਅਦ, ਅਤੇ ਸੰਗਤਾਂ ਨੇ ਦਿੱਲੀ ਤੋਂ ਲਿਜਾ ਕੇ ਪੱਤਰਿਕਾ ਫੜਾਤੀ। ਜਦੋਂ ਮਹਾਰਾਜ ਨੇ ਪੱਤਰਿਕਾ ਪੜ੍ਹੀ ਅਤੇ ਮਹਾਰਾਜ ਕਹਿੰਦੇ ਵੀ ਸੰਗਤਾਂ ਨੂੰ ਰਿਸ਼ਤਾ ਪ੍ਰਵਾਨ ਨਹੀਂ, ਸਾਨੂੰ ਵੀ ਪ੍ਰਵਾਨ ਨਹੀਂ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਤਾਂ ਇਹ ਵੱਡਾ ਕਾਰਨ ਸੀ, ਦੂਜਾ ਕਾਰਨ ਸੀ ਉਹ ਸਮਾਂ ਵੀ ਨੇੜੇ ਹੈ, ਅਤੇ ਇੱਕ ਅਹਿਮਦ ਸਰੰਦੀ ਸੀ। ਅਹਿਮਦ ਸਰੰਦੀ ਜੋ ਬਾਦਸ਼ਾਹ ਅਕਬਰ ਸੀ, ਉਸ ਦੀ ਇੱਕ ਜੋ ਰਾਣੀ ਸੀ ਉਹ ਅਜਮੇਰ ਤੋਂ ਸੀ, ਹਿੰਦੂ ਘਰਾਣੇ 'ਚੋਂ, ਉਹਦਾ ਪੁੱਤਰ ਸੀ ਸਲੀਮ, ਉਹ ਬੜਾ ਆਯਾਸ਼ੀ ਸੀ, ਬੜਾ ਨਸ਼ੇੜੀ ਸੀ। ਅਤੇ ਉਸ ਬਾਦਸ਼ਾਹ ਅਕਬਰ ਦਾ ਪੁੱਤਰਾ ਅਤੇ ਸਲੀਮ ਦਾ ਪੁੱਤਰ ਸੀ ਖੁਸਰੋ। ਅਕਬਰ ਬਾਦਸ਼ਾਹ ਚਾਹੁੰਦਾ ਸੀ ਮੈਂ ਇਸ ਪੁੱਤਰ ਆਪਣੇ ਸਲੀਮ ਨੂੰ ਰਾਜਗੱਦੀ ਨਾ ਦੇਵਾਂ, ਆਪਣੇ ਪੁੱਤਰ ਨੂੰ ਦੇ ਦਿਆਂ। ਪਰ ਉਹਨੇ ਬਗਾਵਤ ਕਰਤੀ, ਸਲੀਮ ਨੇ ਜਾ ਕੇ ਬੰਗਾਲ ਦੇ ਵਿੱਚ ਜਾ ਕੇ ਇੱਕ ਉਹਦਾ ਮਿੱਤਰ ਤਲਵਾਰ ਦੀ ਭੇਟ ਉਤਾਰ ਦਿੱਤਾ। ਉੱਥੇ ਅਹਿਮਦ ਸਰੰਦੀ ਜਿਹੜਾ ਸ਼ਰਈ ਸੀ, ਉਹ ਹਰ ਰੋਜ਼ ਸੋਚਦਾ ਸੀ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਤਾ ਗੁਰਗੱਦੀ ਦੇ ਵਿਰਾਜਮਾਨ ਨੇ, ਮਹਾਰਾਜ ਨੇ ਗੁਰਬਾਣੀ ਉਚਾਰਨ ਕਰ ਦਿੱਤਾ, ਕੋਈ ਬੋਲਿਆ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆਂ, ਕੋਈ ਅਲਾਹੇ ਕਾਰਨ ਕਰਨ ਕਰੀਮ ਕਿਰਪਾ ਧਾਰਹੀਮ, ਕੋਈ ਨਹਾਵੇ ਤੀਰਥ, ਕੋਈ ਹੱਜ ਜਾਏ, ਕੋਈ ਕਰੇ ਪੂਜਾ, ਕੋਈ ਸਿਰ ਨਵਾਏ, ਅਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ, ਸਭ ਜਗ ਉਪਜਿਆ ਕੌਣ ਭਲੇ ਉਹ ਮੰਦੇ। ਅਤੇ ਵਜ਼ੀਰ ਖਾਂ ਵਰਗੇ ਸੁਖਮਨੀ ਸਾਹਿਬ ਦੇ ਪਾਠ ਕਰਦੇ ਨੇ, ਮੀਆਂ ਮੀਰ ਫਕੀਰ ਨੇ ਸ਼੍ਰੀ ਦਰਬਾਰ ਸਾਹਿਬ ਦੀ ਆਪਣੇ ਹਸਤ ਕਮਲਾਂ ਦੇ ਨਾਲ ਨੀਂਹ ਰੱਖ ਦਿੱਤੀ, ਇੱਟ ਰੱਖ ਦਿੱਤੀ। ਇਹ ਮੁਸਲਮਾਨ ਲੋਕ ਵੀ ਗੁਰਬਾਣੀ ਪੜ੍ਹਦੇ ਨੇ, ਗੁਰੂ ਕੇ ਦਰਬਾਰ ਦੇ ਵਿੱਚ ਜਾਂਦੇ ਨੇ। ਉਹ ਵੀ ਸ਼ਰਈ ਸੀ, ਉਹ ਕਦੋਂ ਦਾ ਚਾਹੁੰਦਾ ਸੀ ਵੀ ਇਹ ਸਿੱਖੀ ਪ੍ਰਚਾਰ ਨੂੰ ਬੰਦ ਕੀਤਾ ਜਾਵੇ। ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇਹ ਸਿੱਖੀ ਪ੍ਰਚਾਰ ਬੰਦ ਹੋਵੇ, ਉਸ ਨੂੰ ਸਲੀਮ ਮਿਲਿਆ। ਫਿਰ ਸਲੀਮ ਕਹਿਣ ਲੱਗਿਆ ਅਹਿਮਦ ਸਰੰਦੀ ਨੂੰ ਵੀ ਕਿਵੇਂ ਹੋ ਸਕਦਾ। ਅਹਿਮਦ ਸਰੰਦੀ ਕਹਿੰਦਾ ਵਾਅਦਾ ਕਰ ਮੇਰੇ ਨਾਲ, ਜਦੋਂ ਤੂੰ ਦਿੱਲੀ ਦੇ ਤਖ਼ਤ 'ਤੇ ਬੈਠ ਗਿਆ, ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰੇਗਾ। ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇਹ ਸਿੱਖੀ ਦਾ ਪ੍ਰਚਾਰ ਬੰਦ ਕਰੇਗਾ, ਇਹ ਆਉਣ ਵਾਲੇ ਸਮੇਂ ਦੇ ਵਿੱਚ ਇਸਲਾਮ ਮੱਤਾ ਜਿਹੜਾ
ਇਹਨੂੰ ਸਿੱਖੀ ਦਾ ਬਹੁਤ ਵੱਡਾ ਖਤਰਾ ਪੈਦਾ ਹੋ ਜਾਣਾ। ਤੇ ਉਹਨੇ ਵਾਅਦਾ ਕੀਤਾ, ਵਾਅਦਾ ਕਰਕੇ ਤੇ ਰਾਜਨੀਤਿਕ ਗੱਲਾਂ ਹੀ। ਤੇ ਅਕਬਰ ਬਾਦਸ਼ਾਹ ਤੇ ਸਲੀਮ ਦਾ ਜਦੋਂ ਮਿਲਾਪ ਕਰਾਇਆ ਤੇ ਉਹਨੇ ਵਾਅਦਾ ਕੀਤਾ, ਕਹਿਣ ਲੱਗੇ ਉਹ ਇਸਲਾਮ ਦੀ ਉੱਨਤੀ ਵਾਸਤੇ ਕੀ ਕਰੇਗਾ। ਕਹਿਣ ਲੱਗੇ ਵੱਡੇ ਤੋਂ ਵੱਡਾ ਕਾਰਜ ਕਰੇਗਾ, ਜੇ ਸਮਾਂ ਬਣ ਗਿਆ ਗੁਰੂ ਅਰਜਨ ਦੇਵ ਸਾਨੂੰ ਸ਼ਹੀਦ ਵੀ ਕਰ ਸਕਦਾ, ਮੈਂ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਲੁੱਟ ਵੀ ਸਕਦਾ, ਸਿੱਖਾਂ ਦਾ ਕਤਲ ਵੀ ਕਰ ਸਕਦਾ। ਕਹਿਣ ਲੱਗੇ ਠੀਕ ਹੈ। ਫਿਰ ਉਸ ਨੇ ਆਪਣੇ ਮਿੱਤਰ ਅਕਬਰ ਬਾਦਸ਼ਾਹ ਨੂੰ ਸਮਝਾ ਕੇ ਜਦੋਂ ਉਸ ਸਲੀਮ ਨੂੰ ਰਾਜਗੱਦੀ 'ਤੇ ਬਿਠਾਇਆ, ਸਲੀਮ ਨੇ ਰਾਜਗੱਦੀ 'ਤੇ ਬਹਿੰਦੇ ਹੀ ਆਪਣਾ ਨਾਂ ਜਹਾਂਗੀਰ ਰੱਖ ਲਿਆ। ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਅਹਿਮਦ ਸ਼ਾਹ ਸਰੰਦੀ, ਉਹਦਾ ਵੀ ਇਹ ਬਹੁਤ ਸਮੇਂ ਤੋਂ ਨਿਸ਼ਾਨਾ ਸੀ। ਕਹਿਣ ਲੱਗੇ ਕਈ ਪੁਸਤਾਂ ਤੋਂ ਲੈ ਕੇ ਸਿੱਖੀ ਦਾ ਪ੍ਰਚਾਰ ਤੇਜ਼ ਹੋਈ ਜਾ ਰਹੀ ਹੈ, ਇਸਲਾਮਾਬਾਦ 'ਤੇ ਬੜਾ ਵੱਡਾ ਖਤਰਾ ਪੈਦਾ ਹੋਣਾ। ਸੋ ਉਸ ਕਰਕੇ ਜਦੋਂ ਜਹਾਂਗੀਰ ਬਾਦਸ਼ਾਹ ਗੱਡੀ 'ਤੇ ਬੈਠਿਆ, ਉਸਦੇ ਪੁੱਤਰ ਨੇ ਬਗਾਵਤ ਕਰ ਦਿੱਤੀ ਖੁਸਰੋ ਨੇ, ਉਹਨੂੰ ਆਗਰੇ ਦੀ ਜੇਲ੍ਹ 'ਚ ਕੈਦ ਕੀਤਾ ਅਤੇ ਕੈਦੀਆਂ ਦੇ ਸਮੇਂ ਦੇ ਮੁਲਾਜ਼ਮਾਂ ਨਾਲ ਮਿਲ ਕੇ ਕੁਝ ਲੋਕ ਲੈ ਕੇ 5 ਮਹੀਨੇ ਬਾਅਦ ਜੇਲ੍ਹ ਤੋੜ ਕੇ ਦੌੜ ਗਿਆ। ਜਦੋਂ ਕਿਤੇ ਗੋਇੰਦਵਾਲ ਸਾਹਿਬ ਦੇ ਨੇੜੇ ਪਹੁੰਚਿਆ, ਪਹਿਲਾਂ ਥਨੇਸਰੀ ਗਿਆ, ਥਨੇਸਰੀ ਦਾ ਜਿਹੜਾ ਕਾਜੀ ਸੀ, ਥਨੇਸਰੀ ਦਾ ਪੀਰ ਸੀ, ਉਹਨੇ ਉਹਦਾ ਮਾਣ ਕੀਤਾ, ਪਰ ਉਹਨੂੰ ਜਹਾਂਗੀਰ ਨੇ ਸਜ਼ਾ ਕੀ ਸੁਣਾਈ। ਜਹਾਂਗੀਰ ਦੀ CID ਜਾਂਦੀ ਸੀ, ਜਿੱਥੇ ਕੋਈ ਉਹਨੂੰ ਪਨਾਹ ਦਿੰਦਾ ਸੀ, ਟਿਕਾਣਾ ਦਿੰਦਾ ਸੀ, ਉਹਨੂੰ ਸਜ਼ਾ ਮਿਲਦੀ ਸੀ। ਜੇ ਥਨੇਸਰੀ ਪੀਰ ਨੇ ਉਹਦੀ ਮਦਦ ਕੀਤੀ ਤਾਂ ਉਹਨੂੰ ਧਾਰਮਿਕ ਤੌਰ 'ਤੇ ਸਜ਼ਾ ਕੀ ਸੁਣਾਈ। ਅਤੇ ਤੁਸੀਂ ਮੱਕੇ ਦੀ ਜ਼ਿਆਰਤ ਕਰੋ, ਮੱਕੇ ਜਾਓ, ਤੁਸੀਂ ਤੁਹਾਡੇ ਜਾਣ ਦਾ ਜਿੰਨਾ ਵੀ ਖਰਚਾ ਉਹ ਸਰਕਾਰੀ ਖਜ਼ਾਨੇ 'ਚੋਂ ਦਿੱਤਾ ਜਾਊਗਾ। ਪਰ ਜੇਕਰ ਤਰਨ ਤਾਰਨ ਸਾਹਿਬ ਦੇ ਪਾਵਨ ਸਥਾਨ 'ਤੇ ਖੁਸਰੂ ਆਇਆ, ਗੁਰੂ ਅਰਜਨ ਦੇਵ ਮਹਾਰਾਜ ਜੀ ਇਹਨਾਂ ਨੂੰ ਖਰਚੇ ਵਾਸਤੇ 5000 ਰੁਪਈਆ ਦਿੱਤਾ। ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। CID ਨੇ ਇਹ ਵੀ ਖੁਲਾਸਾ ਕੀਤਾ, ਗੁਰੂ ਅਰਜਨ ਦੇਵ ਜੀ ਨੇ ਉਸ ਸਮੇਂ ਚੰਦੂ ਦੀਵਾਨ ਸੀ ਅਤੇ ਦੂਸਰੇ ਪਾਸੇ ਅਤੇ ਗੁਰੂ ਪਿਆਰਿਓ ਜਿਹੜੇ ਵਿਰੋਧੀ ਲੋਕ ਸੀ ਉਹਨਾਂ ਸਾਰਿਆਂ ਨੇ ਮਹਾਰਾਜ ਜੀ ਦੀ ਜੋ ਵਿਰੋਧਤਾ ਕਰ ਰਹੇ ਸੀ। ਜਦੋਂ ਬਾਦਸ਼ਾਹ ਕਿਤੇ ਆਇਆ ਤਾਂ ਉਹਦੇ ਘੋੜੇ ਚੋਰੀ ਹੋ ਜਾਂਦੇ ਨੇ, ਉਹਦੀ ਕੁਰਾਨ ਜੀਲ ਚੋਰੀ ਹੋ ਜਾਂਦੀ ਹੈ। ਦੱਸਿਆ ਇਹ ਸਭ ਕੁਝ ਕਿੱਥੇ ਗਿਆ? ਕਹਿਣ ਲੱਗੇ ਇਹ ਸਾਰਾ ਕੁਝ ਗੁਰੂ ਅਰਜਨ ਦੇਵ ਜੀ ਦੇ ਧਾੜ ਵੀ ਰੱਖੇ ਹੋਏ ਨੇ, ਚੋਰ ਰੱਖੇ ਨੇ, ਲੁੱਟ ਕੇ ਲੈ ਜਾਂਦੇ ਨੇ। ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਭਾਵੇਂ ਪਿਰਥੀ ਚੰਦ ਨੇ ਜਦੋਂ ਰਾਜ ਦਰਬਾਰ ਦੇ ਵਿੱਚ ਆਪਣੀ ਚਿੱਠੀ ਦਾਇਰ ਕੀਤੀ, ਉਸ ਸਮੇਂ ਪਿਰਥੀ ਚੰਦ ਨੂੰ ਹਹੇਰ ਅਤੇ ਕਦੇਰ ਦੋ ਪਿੰਡਾਂ ਦੀ 14,500 ਵਿਘੇ ਜ਼ਮੀਨ ਦਿੱਤੀ ਗਈ। ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਘਰ ਦੀ ਆਮਦਨੀ ਤੋਂ ਜ਼ਿਆਦਾ ਆਮਦਨੀ ਸੀ ਪਿਰਥੀ ਚੰਦ ਜੀ ਨੂੰ, ਪਰ ਫਿਰ ਵੀ ਬੀਬੀ ਅਮਰੋ ਕਹਿੰਦੀ ਸੀ, ਬੀਬੀ ਅਤੇ ਮਾਫ ਕਰਨਾ ਕਰਮੋ ਕਹਿੰਦੀ ਸੀ, ਜੋ ਪਿਰਥੀ ਚੰਦ ਦੇ ਘਰ ਵਾਲੀ ਕਰਮੋ ਸੀ, ਕਹਿੰਦੀ ਸਭ ਕੁਝ ਪ੍ਰਾਪਤ ਹੋ ਗਿਆ ਪਰ ਗੁਰਤਾ ਗੱਦੀ 'ਤੇ ਪ੍ਰਾਪਤ ਨਹੀਂ ਹੋਈ। ਫਿਰ ਆਪਣੇ ਪੁੱਤਰ ਮਿਹਰਬਾਨ ਕੋਲੋਂ ਅਤੇ ਇੱਕ ਚਿੱਠੀ ਦਾਇਰ ਕਰਵਾਈ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਮੈਂ ਭਤੀਜਾ, ਮੈਨੂੰ ਮਤਵੰਨਾ ਬਣਾ ਕੇ ਪੁੱਤਰ ਰੱਖਿਆ, ਹੁਣ ਉਹਨਾਂ ਦੇ ਗ੍ਰਹਿ ਵਿਖੇ ਅਤੇ ਜੋ ਉਹਨਾਂ ਦੇ ਸਾਹਿਬਜ਼ਾਦੇ ਨੇ ਅਤੇ ਉਹਨਾਂ ਦੇ ਨਾਲੋਂ ਮੈਨੂੰ ਅੱਧਾ ਹਿੱਸਾ ਮਿਲਣਾ ਚਾਹੀਦਾ, ਮੈਂ ਵੀ ਪੁੱਤਰ ਬਣਿਆ। ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ।
ਫਿਰ ਸੁਲਵੀ ਖਾਂ ਕੱਢ ਕੇ ਚੜ੍ਹ ਕੇ ਆਇਆ। ਜਦੋਂ ਸੁਲਵੀ ਖਾਂ ਆਇਆ ਸੀ ਭੰਡਾਰਾ ਕਰਾਉਣ ਵਾਸਤੇ, ਸੁਲਵੀ ਖਾਂ ਦਿੱਲੀ ਤੋਂ ਚੱਲਿਆ ਜਲੰਧਰ ਦੇ ਪਾਸ, ਅਤੇ ਕਿਸੇ ਸੱਯਦ ਨੇ 2 ਸਾਲ ਦੀ ਰਕਮ ਮੰਗੀ, ਮੇਰੀ ਤਨਖਾਹ ਤੇਰੇ ਵੱਲ ਹੈ। ਅਤੇ ਸੁਲਵੀ ਖਾਂ ਨੂੰ ਗਾਲ ਕੱਢਣ ਦੀ ਆਦਤ ਸੀ, ਉਹਨੇ ਗਾਲ ਕੱਢੀ, ਉਹਨੇ ਤਲਵਾਰ 'ਚੋਂ ਮਿਆਨ 'ਚੋਂ ਤਲਵਾਰ ਕੱਢੀ, ਅਤੇ ਸੁਲਵੀ ਖਾਂ ਦਾ ਸਿਰ ਵੜਤਾ। ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਸੁਲਵੀ ਖਾਂ ਆਇਆ ਅਤੇ ਗੁਰਸਿੱਖਾਂ ਨੇ ਵਚਨ ਕੀਤਾ, ਮਹਾਰਾਜ ਸੁਲਵੀ ਖਾਂ ਆ ਰਿਹਾ, ਸੁਲਵੀ ਖਾਂ ਆਏ, ਸੁਲਵੀ ਖਾਂ ਆਇਆ। ਅਤੇ ਮਹਾਰਾਜ ਜੀ ਨੇ ਵਚਨ ਕੀਤਾ, ਸੁਲਹੀ ਅਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੂੰ ਨਾ ਪਹੁੰਚਾ, ਸੁਲੂ ਹੋਏ ਮੂਆ ਨਾ ਪਾਕ। ਜਦੋਂ ਹੇਰ ਪਿੰਡ ਦੇ ਵਿੱਚ ਆ ਗਿਆ, ਪ੍ਰਿਥੀ ਚੰਦ ਉਹਨੂੰ ਆਪਣੇ ਆਵੇ ਇੱਟਾਂ ਦੇ ਦਿਖਾਉਣ ਵਾਸਤੇ ਗਿਆ ਕੂੜਾ ਤਰਪਕ ਕੇ, ਅਤੇ ਜਦੋਂ ਚੜ੍ਹ ਗਿਆ ਆਵੇ ਅਤੇ ਦੂਜੀ ਛਾਲ ਮਾਰੀ ਅਤੇ ਸਮੇਤ ਘੋੜੇ ਸੁਲਹੀ ਖਾਂ ਅਤੇ ਇੱਟਾਂ ਦੇ ਆਪ 'ਚ ਸੜ ਕੇ ਮਰ ਗਿਆ। ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਬਸ ਫਿਰ ਉਹ ਸਮੇਂ ਜਦੋਂ ਬਾਦਸ਼ਾਹ ਲਾਹੌਰ ਪੁੱਜਾ ਅਤੇ ਕਹਿਣ ਲੱਗੇ, ਸ਼ਿਕਾਇਤਾਂ ਕੀਤੀਆਂ ਗੁਰੂ ਅਰਜਨ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ ਨੇ, ਖੁਸਰੋ ਨੂੰ 1 ਲੱਖ ਰੁਪਏ ਦਿੱਤਾ, ਉਹਨੂੰ ਰਾਜਗਦੀ ਦਾ ਕੇਸਰ ਦਾ ਤਿਲਕ ਲਾਇਆ। ਮਹਾਰਾਜ ਜੀ ਨੂੰ ਜਦੋਂ ਪ੍ਰਵਾਨਾ ਭੇਜਿਆ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਅਤੇ ਸਾਰੀਆਂ ਸੰਗਤਾਂ ਨੂੰ ਅਤੇ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਪੈੜਾ ਜੀ, ਮੁੱਖਾ ਜੀ, ਲਖਾਹਾ ਜੀ, ਪ੍ਰਾਣਾ ਜੀ, ਅਤੇ ਜਿਹਨੇ ਸਾਰੇ ਗੁਰਸਿੱਖ ਜੀ ਸੰਗਤਾਂ ਇਕੱਤਰਿਤ ਹੋਈਆਂ, ਕੁਝ ਗੁਰਸਿੱਖਾਂ ਨੂੰ ਅਤੇ ਸ਼੍ਰੀ ਦਰਬਾਰ ਸਾਹਿਬ ਦੀ ਸੇਵਾ ਅਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਬਾਂਹ ਫੜਾ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ। ਅਤੇ ਲਾਹੌਰ ਦੀਆਂ ਸੰਗਤਾਂ ਚਾਹੁੰਦੀਆਂ ਸੀ, ਭਾਈ ਸਿੱਧੂ ਜੀ ਵਰਗੇ ਬੇਨਤੀ ਕਰਦੇ ਸੀ, ਗੁਰੂ ਅਰਜਨ ਦੇਵ ਮਹਾਰਾਜ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀਆਂ ਸੰਗਤਾਂ ਨੂੰ ਵਿਛੋੜਾ ਦੇ ਕੇ ਸ਼੍ਰੀ ਲਾਹੌਰ ਪਹੁੰਚ ਜਾਂਦੇ ਨੇ। ਗੱਜ ਕੇ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਭਾਈ ਸਿੱਧੂ ਦੇ ਗ੍ਰਹਿ ਵਿਖੇ ਮਹਾਰਾਜ ਜੀ ਨੇ ਸੰਗਤਾਂ ਨੂੰ ਦਰਸ਼ਨ ਦਿੱਤੇ, ਅਤੇ ਦੂਜੇ ਦਿਨ ਬਾਦਸ਼ਾਹ ਦੀ ਬੇਨਤੀ 'ਤੇ ਮਹਾਰਾਜ ਜੀ ਨੇ ਵਜ਼ੀਰ ਖਾਂ ਨੂੰ ਵੀ ਨਹੀਂ ਦੱਸਿਆ। ਜਦੋਂ ਬਾਦਸ਼ਾਹ ਦੇ ਦਰਬਾਰ 'ਚ ਗਏ, ਬਾਦਸ਼ਾਹ ਨੇ ਸਤਿਕਾਰ ਕੀਤਾ, ਉੱਥੇ ਫਿਰ ਵਿਚਾਰ ਹੋਈ, ਸਵਾਲ ਜਵਾਬ ਹੋਏ। ਬਾਦਸ਼ਾਹ ਕਹਿਣ ਲੱਗਿਆ, ਤੁਸੀਂ ਮੇਰੇ ਪੁੱਤਰ ਖੁਸਰੋ ਨੂੰ ਤੁਸੀਂ 1 ਲੱਖ ਰੁਪਈਆ ਭੇਟ ਕੀਤਾ, ਤੁਹਾਨੂੰ 2 ਲੱਖ ਰੁਪਈਆ ਜੁਰਮਾਨਾ ਕੀਤਾ ਜਾਂਦਾ। ਗੁਰੂ ਸਾਹਿਬ ਜੀ ਕਹਿੰਦੇ, ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਕੋਈ ਕਿਸੇ ਨੂੰ ਮਾਇਆ ਨਹੀਂ ਦਿੱਤੀ ਜਾਂਦੀ, 5000 ਰੁਪਈਆ ਉਹਦੇ ਬੇਨਤੀ 'ਤੇ ਉਹਨੂੰ ਖਰਚੇ ਵਜੋਂ ਉਹਦੀ ਮਦਦ ਜ਼ਰੂਰ ਕੀਤੀ ਜਾਂਦੀ ਹੈ, ਪਰ ਗੁਰੂ ਘਰ ਵੱਲੋਂ ਕਿਸੇ ਸਰਕਾਰ ਨੂੰ ਟੈਕਸ ਨਹੀਂ ਦਿੱਤਾ ਜਾਂਦਾ, ਇਹ ਨਹੀਂ ਭਰਾਂਗੇ। ਦੂਜਾ ਕਹਿਣ ਲੱਗੇ, ਤੁਸੀਂ ਜੋ ਆਪਣਾ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਲਿਖੇ ਨੇ, ਉਹਦੇ ਵਿੱਚ ਤੁਸੀਂ ਬਾਹਮਦ ਸਾਹਿਬ ਦੀ ਕੋਈ ਤਾਰੀਫ ਨਹੀਂ ਲਿਖੀ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਇਹ ਸੰਸਾਰੀ ਕਿਸੇ ਰਾਜੇ, ਕਿਸੇ ਵਜ਼ੀਰ, ਕਿਸੇ ਬੰਦੇ ਦੀ ਤਾਰੀਫ ਨਹੀਂ, ਇਹ ਕੇਵਲ ਅਤੇ ਕੇਵਲ ਪਾਰਮਰ ਪਰਮੇਸ਼ਰ ਦੀ ਵਡਿਆਈ ਲਿਖੀ ਹੈ। ਗੱਜ ਕੇ ਬੋਲੋ ਸਤਨਾਮ। ਇੱਥੇ ਪਰਮੇਸ਼ਰ ਦੇ ਨਾਮ ਦੀ ਵੱਡੀ ਵਡਿਆਈ ਜਾਂ ਵੱਡਾ ਨਾਉ ਇਹ ਨਹੀਂ ਲਿਖ ਸਕਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਦੇ ਵਿੱਚ ਇੱਕ ਤੁੱਕ, ਇੱਕ ਲੱਗ ਮਾਤਰ ਕੰਨਾਂ ਨਾ ਕੱਢਿਆ ਜਾ ਸਕਦਾ ਅਤੇ ਨਾ ਪਾਇਆ ਜਾ ਸਕਦਾ, ਜਵਾਬ ਦਿੱਤਾ। ਅਤੇ ਉਸ ਸਮੇਂ ਇੱਕ ਅਹਿਮਦ ਸਰੰਦੀ ਦੇ ਨਾਲ ਕੀਤਾ ਵਾਅਦਾ ਬਾਦਸ਼ਾਹ ਜਹਾਂਗੀਰ ਦਾ, ਦੂਜੇ ਪਾਸੇ ਚੰਦੂ ਦੀਵਾਨ ਦੀ ਬੇਟੀ ਦੇ ਰਿਸ਼ਤੇ ਨੂੰ ਜਵਾਬ ਦੇਣਾ। ਅਤੇ ਮਹਾਰਾਜ ਜੀ ਜਿਹੜਾ ਬਾਦਸ਼ਾਹ ਸੀ, ਬਾਦਸ਼ਾਹ ਨੇ ਇਹ ਵਾਅਦਾ ਕੀਤਾ ਸੀ, ਬਾਦਸ਼ਾਹ ਚੰਦੂ ਦੀਵਾਨ ਦੀ ਲੜਕੀ ਦੇ ਰਿਸ਼ਤੇ ਨੂੰ ਉਭਾਰਨਾ ਚਾਹੁੰਦਾ ਸੀ। ਚੰਦੂ ਦੀਵਾਨ ਦੀ ਲੜਕੀ ਦੇ ਰਿਸ਼ਤੇ ਦੇ ਵਿੱਚ ਹੀ ਮੈਂ ਅਹਿਮਦ ਸਰੰਦੀ ਨਾਲ ਕੀਤਾ ਵਾਅਦਾ, ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਦੇ ਆ। ਇੱਕ ਜਾਸ਼ਾ ਨਾਂ ਦਾ ਕਾਨੂੰਨ ਫਿਰ
ਉਦੋਂ ਲੱਗਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਦੋਂ ਗ੍ਰਿਫਤਾਰ ਕੀਤਾ, ਮਹਾਰਾਜ ਲੋਕ ਅਤੇ ਰਾਜਾ ਲਾਲ ਸਿੰਘ ਦੀ ਖੂਹ ਵਾਲੀ ਹਵੇਲੀ ਦੇ ਨੇੜੇ ਮਹਾਰਾਜ ਨੂੰ ਲੈ ਗਏ। ਬਾਹਰ ਡਿਊਟੀ 'ਚ ਸਿੱਖਾਂ ਨੂੰ ਕੈਦ ਕੀਤਾ ਅਤੇ ਅਰਜਨ ਦੇਵ ਮਹਾਰਾਜ ਜੀ ਨੂੰ ਚੰਦੂ ਦੇ ਬਾਹਰ ਕਹਿਣ ਲੱਗਿਆ, ਤੁਸੀਂ ਸਿੰਧ ਨੂੰ ਚਲੇ ਜਾਓ, ਮੈਂ ਅਰਜਨ ਦੇਵ ਜੀ ਮਹਾਰਾਜ ਤੋਂ 2 ਲੱਖ ਰੁਪਈਆ ਭੇਟਾ ਕਰਾਵਾਂਗਾ, ਜੋ ਇਹਨਾਂ ਨੇ ਇਹਨਾਂ ਨੂੰ ਜੁਰਮਾਨਾ ਕੀਤਾ ਖਜ਼ਾਨੇ 'ਚ ਭਰਾਵਾਂਗਾ, ਅਤੇ ਦੂਜੀ ਗੱਲ ਮੁਹੰਮਦ ਸਾਹਿਬ ਦੀ ਤਰੀਫ ਗੁਰੂ ਗ੍ਰੰਥ ਸਾਹਿਬ 'ਚ ਦਰਜ ਕਰਾਵਾਂਗਾ, ਤੀਜਾ ਕਹਿਣ ਲੱਗਿਆ ਮੇਰੀ ਸਾਰੇ ਹਿੰਦੁਸਤਾਨ 'ਚ ਮੇਰਾ ਨਰਾਦਰ ਹੋਇਆ, ਮੈਂ ਆਪਣੀ ਲੜਕੀ ਦਾ ਰਿਸ਼ਤਾ ਗੁਰੂ ਅਰਜਨ ਦੇਵ ਮਹਾਰਾਜ ਦੇ ਸਪੁੱਤਰ ਨੂੰ ਕਰਾਂਗਾ, ਚੌਥਾ ਕਹਿਣ ਲੱਗੇ ਇਹਨਾਂ ਨੂੰ ਮੈਂ ਈਨ ਇਸਲਾਮ ਦੇ ਵਿੱਚ ਲਿਆਵਾਂਗਾ, ਜੇ ਚਾਰੇ ਮਹਾਰਾਜ ਜੀ ਨਹੀਂ ਮੰਨਣਗੇ ਫਿਰ ਇਹਨਾਂ ਨੂੰ ਸ਼ਹੀਦ ਕਰ ਦਿਆਂਗੇ। ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ, ਫਿਰ ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਪਰ ਸਮਾਂ ਬਣਿਆ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਦੋਂ ਗ੍ਰਿਫਤਾਰ ਕੀਤਾ, ਕੈਦ ਕੀਤਾ, ਅਤੇ ਚੰਦੂ ਦੀਵਾਰ ਨੇ ਇਹ ਸਵਾਲ ਰੱਖੇ, ਜਦੋਂ ਮਹਾਰਾਜ ਨੇ ਜਵਾਬ ਦਿੱਤਾ ਫਿਰ ਪਹਿਲਾ ਹੁਕਮ ਸੁਣਾਇਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ, ਇੰਨੀ ਗਰਮੀ 'ਚ ਨਾ ਪਾਣੀ ਦਿੱਤਾ ਜਾਵੇ, ਨਾ ਕੋਈ ਖਾਣ ਨੂੰ ਦਿੱਤਾ ਜਾਵੇ, ਇਹਨਾਂ ਨੂੰ ਪਿਆਸੇ ਅਤੇ ਭੁੱਖੇ ਰੱਖਿਆ ਜਾਵੇ, ਇਹਨਾਂ ਨੂੰ ਖੜ੍ਹੇ ਰੱਖਿਆ ਜਾਵੇ, ਇਹਨਾਂ ਨੂੰ ਅਤੇ ਅਨੀਂਦਰੇ ਰੱਖਿਆ ਜਾਵੇ। ਸਾਰੀ ਰਾਤ ਮਹਾਰਾਜ ਜੀ ਆਪਣੀ ਮੌਤ ਦੇ ਵਿੱਚ ਵਿਚਰਦੇ ਨੇ। ਜੋ ਦੂਜਾ ਦਿਨ ਚੜ੍ਹਿਆ ਫਿਰ ਚੰਦੂ ਦੀਵਾਨ ਫਿਰ ਆਉਂਦਾ, ਕਹਿੰਦਾ ਮੇਰੀ ਲੜਕੀ ਦਾ ਰਿਸ਼ਤਾ ਪ੍ਰਵਾਨ ਕਰੋ, ਜੋ ਮੰਗਾਂ ਅਸੀਂ ਰੱਖੀਆਂ। ਮਹਾਰਾਜ ਕਹਿੰਦੇ ਨਹੀਂ ਹੋ ਸਕਦੀਆਂ। ਕਈ ਵਿਦਵਾਨਾਂ ਨੇ ਕਿਹਾ ਦੂਸਰੇ ਦਿਨ ਮਹਾਰਾਜ ਜੀ ਨੂੰ ਬਿਠਾ ਕੇ ਮਹਾਰਾਜ ਦੇ ਸਰੀਰ ਦੇ ਉੱਤੇ ਲਾਲ ਰੇਤ ਗਰਮ ਕਰਕੇ ਪਾਈ ਗਈ ਅਤੇ ਛਾਲੇ ਛਾਲੇ ਸਰੀਰ ਹੋ ਗਿਆ। ਸਾਰਾ ਦਿਨ ਫਿਰ ਗੁਜ਼ਰ ਗਿਆ। ਆਪਾਂ ਹਰ ਰੋਜ਼ ਦੇਖਦੇ ਹਾਂ ਵੀ ਟੈਂਪਰੇਚਰ 40 ਹੋ ਗਿਆ ਜੀ, 42 ਹੋ ਗਿਆ ਜੀ, ਕਦੇ ਆਪਾਂ ਅੰਦਰ ਬੈਠੇ ਕਹਿੰਦੇ ਹਾਂ ਜੀ ਇੰਨਾ ਟੈਂਪਰੇਚਰ ਹੋ ਗਿਆ, ਰੌਲਾ ਪਿਆ ਸੀ ਕਹਿੰਦੇ ਜੀ ਅਤੇ 52 ਤੱਕ ਪਹੁੰਚਣਾ ਟੈਂਪਰੇਚਰ, 48 'ਤੇ ਪਹੁੰਚ ਗਿਆ। ਆਪਣੇ ਕੀ ਹਾਲਾਤ ਸੀ, ਪਾਣੀ ਦੀਆਂ ਟੂਟੀਆਂ 'ਚੋਂ ਪਾਣੀ ਕਿਹੋ ਜਿਹਾ ਨਿਕਲਦਾ ਸੀ, ਕਿਹੋ ਜਿਹੇ ਹਾਲਾਤ ਸੀ ਉਸ ਸਮੇਂ। ਮਹਾਰਾਜ ਜੀ ਇੰਨੀ ਗਰਮੀ ਸੀ ਅਤੇ ਤੀਸਰੇ ਦਿਨ ਉਹ ਸਮਾਂ ਵੀ ਨੇੜੇ ਹੋ ਗਿਆ। ਤੀਸਰੇ ਦਿਨ ਫਿਰ ਚੰਦੂ ਦੀਵਾਨ ਜਦੋਂ ਆਉਂਦਾ, ਬਾਦਸ਼ਾਹ ਦਾ ਹੁਕਮ ਸੀ, ਇਹ ਯਾਸ਼ਾ ਦੇ ਕਾਨੂੰਨ ਹੁੰਦੇ ਨੇ, ਜਦੋਂ ਕੋਈ ਪੀਰ ਪੈਗੰਬਰ ਔਲੀਆ ਕੋਈ ਰੱਬ ਨਾਲ ਜੁੜਿਆ ਹੋਵੇ ਅਤੇ ਉਹਦਾ ਉਹਨੂੰ ਐਸਾ ਤਸੀਹਾ ਦਿੱਤਾ ਜਾਵੇ ਉਹਦੇ ਸਰੀਰ ਤੋਂ ਖੂਨ ਦਾ ਕਤਰਾ ਧਰਤੀ 'ਤੇ ਨਾ ਡਿੱਗੇ। ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਉਸ ਸਮੇਂ ਫਿਰ ਚੰਦੂ ਦੀਵਾਨ ਨੇ ਖੁੰਡਾਂ ਦੀ ਅੱਗ ਬਾਲ ਕੇ ਇੱਕ ਤੱਤੀ ਤਵੀ ਸੀ ਜਿਹੜੀ ਉਹ ਲਾਲ ਕੀਤੀ ਅਤੇ ਦੂਜੇ ਪਾਸੇ ਦਾਣੇ ਭੁੰਨਣ ਵਾਲਾ ਇੱਕ ਪਠਿਆਰਾ ਸੀ ਜਿਹਦਾ ਨਾਂ ਗੁਰਦਿੱਤਾ ਸੀ, ਉਹ ਪਕੜ ਕੇ ਲਿਆਂਦਾ। ਉਹ ਰੇਤ ਲਾਲ ਕਰ ਰਿਹਾ, ਇੱਕ ਪਾਸੇ ਖੁੰਡਾਂ ਦੀ ਅੱਗਾਂ ਲੋਹ ਲਾਲ ਹੋ ਗਈ, ਦੂਜੇ ਪਾਸੇ ਰੇਤਾ ਲਾਲ ਹੋ ਗਿਆ। ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਹਿਣ ਲੱਗੇ, ਜੇ ਤੁਸੀਂ ਮੇਰੀ ਲੜਕੀ ਦਾ ਰਿਸ਼ਤਾ ਨਹੀਂ ਮੰਨਦੇ ਨਾ ਤਾਂ ਤੱਤੀ ਲੋਹ 'ਤੇ ਬੈਠ ਚੌਂਕਣਾ ਮਾਰ ਕੇ ਬੈਠੋ। ਗੱਜ ਕੇ ਬੋਲੋ ਸਤਨਾਮ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ। ਕਹਿੰਦੇ ਤੱਤੀ ਲੋਹ 'ਤੇ ਬੈਠਣਾ ਪ੍ਰਵਾਨ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਮੁਹੰਮਦ ਦੀ ਤਰੀਫ ਇੱਕ ਸ਼ਬਦ ਵੀ ਲਿਖਣਾ ਪ੍ਰਵਾਨ ਨਹੀਂ। ਤੇਰੀ ਲੜਕੀ ਦਾ ਰਿਸ਼ਤਾ ਸਾਡੀਆਂ ਸੰਗਤਾਂ ਨੇ ਇਹ ਮੋੜਿਆ ਅਤੇ ਤੇਰੇ ਵਿੱਚ ਹੁਮ ਹੈ, ਤੇਰਾ ਗੁਰੂ ਘਰ ਦਾ ਹੰਕਾਰੀ ਬੰਦੇ ਦਾ ਗੁਰੂ ਘਰ ਦੇ ਨਾਲ ਮੇਲ ਨਹੀਂ, ਕਿਉਂਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਤਾਂ ਹਰ ਜਿਓ ਨਿਮਾਣਿਆਂ ਤੋਂ ਮਾਣ, ਨਚੀਜੀਆਂ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕਹੋ ਗੁਰਬਾਣ। ਗੁਰੂ ਨਾਨਕ ਦੇ ਘਰ ਦੇ ਵਿੱਚ ਮਾਰ ਤਾਂ ਕਹਿੰਦੇ ਤੂੰ ਨਿਮਾਣਾ ਬਣ ਕੇ ਆ ਅਤੇ ਕਹਿਣ ਲੱਗੇ ਤੇਰਾ ਰਿਸ਼ਤਾ ਨਹੀਂ ਨਿਭ ਸਕਦਾ,
ਸੋ ਇਸ ਕਰਕੇ ਇਹ ਵਿਚਾਰਾ ਸੀ ਨਾ 2 ਲੱਖ ਰੁਪਈਆ ਜੁਰਮਾਨਾ ਗੁਰੂ ਘਰ ਦੀ ਗੋਲਕ ਦੇ ਵਿੱਚੋਂ ਭਰਿਆ ਜਾ ਸਕਦਾ ਹੈ ਸਰਕਾਰੀ ਖਜ਼ਾਨੇ ਦੇ ਵਿੱਚ, ਸੋ ਨਾ ਇਸਲਾਮ ਕਬੂਲ ਹੋ ਸਕਦੀ ਹੈ। ਫਿਰ ਮਹਾਰਾਜ ਜੀ ਨੂੰ ਜਦੋਂ 33 ਲੋਹ ਤੇ ਮਹਾਰਾਜ ਜੀ ਚੌਕੜਾ ਮਾਰ ਕੇ ਬੈਠੇ, ਚਰੜ ਚਰੜ ਕਰਕੇ ਮਹਾਰਾਜ ਸਰੀਰ ਸੜ ਰਿਹਾ ਤੇ ਭਰਪੂੰਜਾ ਸੀ ਜਿਹੜਾ ਗੁਰਦਿੱਤਾ ਰੇਤ ਦੇ ਲਾਲ ਦੇ ਕੜਛੇ ਭਰ ਭਰ ਕੇ ਮਹਾਰਾਜ ਦੇ ਸਰੀਰ ਤੇ ਪਾ ਰਿਹਾ। ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਹਾਹਾਕਾਰ ਮੱਚ ਗਈ ਸਾਰੇ, ਮੀਆਂ ਮੀਰ ਫਕੀਰ ਜਿਹੜਾ ਸਲਾਮਤ ਦਾ ਕਾਮਲ ਫਕੀਰ ਸੀ ਜਿਹਦੇ ਅੱਗੇ ਸਰਕਾਰਾਂ ਝੁਕਦੀਆਂ ਸੀ, ਜੁੰਮੇ ਦੀ ਨਵਾਹ ਦੇ ਵਿੱਚ ਜਹਾਂਗੀਰ ਬਾਦਸ਼ਾਹ ਜਿਹੜਾ ਆਉਂਦਾ ਸੀ ਜ਼ਿਆਰਤ ਕਰਨ ਵਾਸਤੇ, ਮਹਾਮੀਰ ਉਸ ਸਮੇਂ ਮੀਆਂ ਮੀਰ ਫਕੀਰ ਨੂੰ ਪਤਾ ਲੱਗਿਆ ਅਤੇ ਉਸ ਸਮੇਂ ਚੰਦੂ ਦੀਵਾਨ ਦੀ ਨੂੰਹ ਕਿਸੇ ਗੁਰਸਿੱਖ ਦੀ ਲੜਕੀ ਸੀ, ਉਸ ਨੂੰ ਵੀ ਪਤਾ ਲੱਗਿਆ। ਜਦੋਂ ਮੀਆਂ ਮੀਰ ਫਕੀਰ ਸਤਿਗੁਰਾਂ ਦੇ ਸਨਮੁੱਖ ਆਇਆ, ਸਤਿਗੁਰਾਂ ਦੇ ਸੀਸ 'ਤੇ ਰੇਤ ਪੈ ਰਹੀ ਹੈ ਅਤੇ ਮਹਾਰਾਜ ਜੀ ਮੁੱਖੋਂ ਕੀ ਲੱਭਦੇ ਨੇ, ਸਾਰੀਆਂ ਸੰਗਤਾਂ ਬੋਲਿਓ ਗੱਜ ਕੇ, ਤੇਰਾ ਕੀਆ ਮਿੱਠਾ ਲਾਗੈ, ਤੇਰਾ ਕੀਆ ਮਿੱਠਾ ਲਾਗੈ, ਤੇਰਾ ਕੀਆ ਮਿੱਠਾ ਲਾਗੈ, ਤੇਰਾ ਕੀਆ ਮਿੱਠਾ ਲਾਗੈ, ਤੇਰਾ ਕੀਆ ਬੋਲੋ ਲਾਗੈ। ਤੇ ਪਾ
ਕਰਨੇ